अस्सलाम वालेकुम सत बिस्मिल्लाह और जी आयनु कहने जनाब हमारा खड़े हैं फिल्मिस्तान में सारे वेखण वाले नु और सुनन वाले नु ते प्रोग्राम रौनक मेला जनाब तुसी सुन रहे हो और वेख रहे हो और हमारा खड़े फिल्मिस्तान में पेज टू लाइव ते बिल्कुल जनाब प्रोग्राम च शामिल सही करदे हां थानू भी और रेडियो ते भी लाइव चलदे आ अस्सलाम वालेकुम सत बिस्मिल्लाह और जी आयनु कहने जी एक बार फिर सारे सुनने वाले नु और हमारा खड़ गया फिल्मिस्तान में सारे स्रोतियां नु ते बिल्कुल जनाब प्रोग्राम च वापसी हो चुकी है और मोहम्मद अमनान कहंदे ने मैनू तानू की कुछ कहंदे ने मैनू दसन बुझण लई तुसी कॉल कर सकदे हो लाइव कॉल करना चाहुंदे हो ते फिर तुसी की करना है साडा नंबर मिलाउणा और नंबर साडा बड़ा सौखा जिहा जी 0537-601-961 मिला सकदे हो और इदां तुसी शामिल हो सकदे हो बिल्कुल शामिल प्रोग्राम तुसी इदां भी हो सकदे हो और इस लो व्हाट्सएप या डीएम करना होवे ते फिर तुसी की करना है 0302-395-9797 इस नंबर से सानू तुसी व्हाट्सएप या डीएम कर सकते हो और शामिल प्रोग्राम हो सकते हो और इन सारी गल्लां बातां दे नाल जिहड़ी गलबात हैगी है ना ਉਹ ਇਹ ਹੈਗੀ ਆ ਕਿ ਤੁਸੀਂ ਕੋਈ ਵੀ ਜੋਕ ਸ਼ੇਅਰ ਕਰਨਾ ਚਾਹੁੰਦੇ ਹੋ ਕੋਈ ਚੰਗੀ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ ਕੋਈ ਪੰਜਾਬੀ ਦੀ ਪੋਇਟਰੀ ਸ਼ੇਅਰ ਟੱਪਾ ਮਾਹੀਆ ਜਾਂ ਫਿਰ ਇਸ ਤੋਂ ਇਲਾਵਾ ਹੁੰਦੇ ਨੇ ਨਾ ਜਿਹੜੇ ਮੁਕਾਲੇ ਹੁੰਦੇ ਆ ਯਾਨੀ ਕਿ ਜਿਹਨਾਂ ਨੂੰ ਕਿਹਾ ਜਾ ਪ੍ਰੋਵਰਬ ਪੰਜਾਬੀ ਦੇ ਜਿਹੜੇ ਹੁੰਦੇ ਆ ਔਰ ਜਿਹਨਾਂ ਨੂੰ ਕਹਿ ਲਓ ਕਹਾਵਤ ਜਾਂ ਫਿਰ ਮੁਹਾਵਰੇ ਜਿਹੜੇ ਹੁੰਦੇ ਆ ਅਗਰ ਉਹ ਆਉਂਦੇ ਆ ਤੇ ਉਹ ਵੀ ਸ਼ਾਮਿਲ ਕਰ ਸਕਦੇ ਹੋ ਮਾਨੀ ਬੱਟ ਸਾਹਿਬ ਆ ਗਏ ਨੇ ਜੀ ਵੈਲਕਮ ਹੋ ਗਿਆ ਵੀਰੇ ਦਾ ਜੀ ਆਇਆਂ ਨੂੰ ਕਹਿੰਦੇ ਆ ਜੀ ਹਾਏ ਕਹਿ ਰਹੇ ਨੇ ਸਾਨੂੰ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਔਰ ਸਾਡੇ ਰੇਡੀਓ ਦੇ ਆਫੀਸ਼ੀਅਲ ਪੇਜ ਤੇ ਤੁਸੀਂ ਵੀ ਜੁਆਇਨ ਕਰਨਾ ਚਾਹੁੰਦੇ ਹੋ ਤੇ facebook.com/hkfm97 ਹਮਾਰਾ ਖੜ ਗਿਆ FM97 ਦਾ ਆਫੀਸ਼ੀਅਲ ਪੇਜ ਨੂੰ ਲਾਈਕ ਕਰੋ ਜੁਆਇਨ ਕਰੋ ਹੋਰ ਸ਼ਾਮਿਲ ਪ੍ਰੋਗਰਾਮ ਹੋ ਜਾਓ ਸਾਡੇ ਨਾਲ ਅਤੇ ਬਿਲਕੁਲ ਜਨਾਬ ਪ੍ਰੋਗਰਾਮ ਚ ਹੋਰ ਬੜੀਆਂ ਮਜ਼ੇਦਾਰ ਜੀ ਗੱਲਾਂ ਬਾਤਾਂ ਪਾਵਾਂਗੇ ਅਤੇ ਲੇਕਿਨ ਇਹਨਾਂ ਦੇ ਨਾਲ ਨਾਲ ਜਿਹੜਾ ਨਾ ਮਿਊਜ਼ਿਕ ਦਾ ਤੜਕਾ ਵੀ ਲਾਵਾਂਗੇ ਔਰ ਮਿਊਜ਼ਿਕ ਤੜਕਾ ਅਸੀਂ ਬਿਲਕੁਲ ਜ਼ਰੂਰ ਲਾਵਾਂਗੇ ਔਰ ਬੜੇ ਮਜ਼ੇਦਾਰ ਜੇ ਗੀਤ ਜਿਹੜੇ ਤੁਹਾਡੇ ਲਈ ਮੈਂ ਲੈ ਕੇ ਆਇਆ ਉਹ ਵੀ ਤੁਹਾਨੂੰ ਸੁਣਾਵਾਂਗੇ ਹਾਂਜੀ ਬਿਲਕੁਲ ਉਹ ਵੀ ਸੁਣਾਵਾਂਗੇ ਅਤੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਰਲ ਮਿਲ ਕੇ ਲਾਵਾਂਗੇ ਜੀ ਆਪਾਂ ਰੌਣਕ ਮੇਲਾ ਅਤੇ ਰੌਣਕ ਮੇਲਾ ਤੇ ਜਿਹੜਾ ਹੈਗਾ ਲੱਗਿਆ ਹੋਇਆ ਠੀਕ ਹੋ ਗਿਆ ਜੀ ਔਰ ਇੱਥੇ ਗੱਲ ਤੇ ਨਾ ਜਨਾਬ ਸਿਆਣੇ ਕਹਿੰਦੇ ਆ ਕਿ ਅਜਿੰਦਮਾਈ ਜੇ ਚੱਲਿਓ ਅਜਿੰਦਮਾਈ ਜੇ ਚੱਲਿਓ ਪਟਿਆਲੇ ਤੇ ਉੱਥੋਂ ਲਿਆਵੀਂ ਓਏ ਤੇ ਉੱਥੋਂ ਲਿਆਵੀਂ ਰੇਸ਼ਮੀ ਨਾਲ ਤੇ ਅੱਧੇ ਚਿੱਟੇ ਹੀ ਓਏ ਤੇ ਅੱਧੇ ਚਿੱਟੇ ਤੇ ਅੱਧੇ ਕਾਲੇ ਤੇ ਇੱਕ ਪਲ ਬਹਿ ਜਾਣਾ ਤੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਲੱਗਦੇ ਬੋਲ ਬਿਲਕੁਲ ਜਿੰਨਾ ਪਾਕਿਸਤਾਨੀ ਫਿਲਮ ਪਰ ਹੱਡ ਲਵ ਵਿੱਚ ਬੜਾ ਹੀ ਜ਼ਬਰਦਸਤ ਜਿਹਾ ਗੀਤ ਹਦੀਕਾ ਗਿਆਨੀ ਦੀ ਆਵਾਜ਼ ਟਰੈਕ ਟਾਈਟਲ ਇਜ਼ ਇਕਬਾਲ ਸਟੇਡੀਅਮ ਨਮਾਰਾ ਖੜ ਗਿਆ ਫਿਲਮਿਸਤਾਨ ਮੇਂ ਓ ਹਾਂਜੀ ਇਕਬਾਲ ਬਈ ਜਾਣਾ ਮੇਰੇ ਕੋਲ ਤੇ ਤੇਰੇ ਮਿੱਠੜੇ ਲੱਗਦੇ ਬੋਲ ਮੈਂ ਕਿਹਾ ਕਿੱਦਾਂ ਸੁਣਿਓ ਮੱਖਣੋ ਤੇ ਡੋਣਿਓ ਕੀ ਕੁਛ ਹੁੰਦਾ ਪਿਆ ਏ ਜੀ ਆਇਆਂ ਨੂੰ ਕਹਿੰਦੇ ਜੀ ਖਾਸ ਕਰ ਉਹਨਾਂ ਲੋਕਾਂ ਨੇ ਜਿਹੜੇ ਲੋਕਾਂ ਨੇ ਹੱਲੇ ਹੱਲੇ ਟਿਊਨ ਇਨ ਕੀਤਾ ਹੋਰ ਜੁਆਇਨ ਕੀਤਾ ਸਾਨੂੰ ਬਹੁਤ ਸ਼ੁਕਰੀਆ ਤੇ ਬੜੀ ਮਿਹਰਬਾਨੀ ਪ੍ਰੋਗਰਾਮ ਸੁਣ ਰਹੇ ਵੇਖ ਰਹੇ ਹੋ ਰੌਣਕ ਮੇਲਾ ਔਰ ਤੁਹਾਡੇ ਕਾਫੀ ਸਾਰੇ ਕਮੈਂਟਸ ਜਿਹੜੇ ਉੱਤੇ ਚਲੇ ਗਏ ਉਹ ਵੀ ਸ਼ਾਮਿਲ ਕਰਨਾ ਚਾਹੁੰਦਾ ਹਾਂ ਫਾਤਮਾ ਖਾਨ ਸਾਡੇ ਨਾਲ ਵਾਲੀਕੁਮ ਅਸਲਾਮ ਫਾਤਮਾ ਔਰ ਕਹਿੰਦੇ ਪੰਜਾਬੀ ਬਹੁਤ ਸੋਹਣੀ ਬੋਲਦੇ ਬਹੁਤ ਸੂਟ ਕਰ ਰਹੀ ਔਰ ਅੱਜ ਸ਼ੋਅ ਵਿੱਚ ਮਜ਼ਾ ਆਉਣ ਵਾਲਾ ਹੈ ਤੇ ਬਿਲਕੁਲ ਜਨਾਬ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਕਿਉਂਕਿ ਇਸੇ ਵਾਸਤੇ ਅਸੀਂ ਤੁਹਾਡੇ ਲਈ ਪ੍ਰੋਗਰਾਮ ਕਰਦੇ ਹਾਂ ਔਰ ਸਿਕੰਦਰ ਅਬਾਸ ਸਾਹਿਬ ਵਾਲੀਕੁਮ ਸਲਾਮ ਸਾਡਾ ਹਾਲ ਚੰਗਾ ਔਰ ਅਲਹਮਦੁਲਿਲਾ ਠੀਕ ਠਾਕ ਬਿਹਤਰੀਨ ਫਸਟ ਕਲਾਸ ਫਿਟ ਫਾਟ ਲਸ਼ ਪਾਸ਼ਾ ਔਰ ਉਮੀਦ ਔਰ ਦੁਆ ਕਰਦੇ ਕਿ ਤੁਸੀਂ ਵੀ ਫਿਟ ਫਾਟ ਔਰ ਲਸ਼ ਪਾਸ਼ੀ ਰਹੋ ਜ਼ਿੰਦਗੀ ਦੀਆਂ ਮੌਜਾਂ ਮਾਣਦੇ ਰਹੋ ਔਰ ਇਸ ਤੋਂ ਇਲਾਵਾ ਦੀਦਾ ਇਤਾਰਨੇ ਜੀ ਵਾਲੀਕੁਮ ਅਸਲਾਮ ਬਹੁਤ ਸ਼ੁਕਰੀਆ ਮੁਹੰਮਦ ਬਿਲਾਲ ਆ ਚੁੱਕੇ ਨੇ ਵਾਲੀਕੁਮ ਅਸਲਾਮ ਵਰਹਮਤੁਲਾ ਵਬਰਕਾਤਹੁ ਅਹਲਨ ਵਸਹਲਨ ਮਰਹਬਨ ਆਖਿਆ ਤੇ ਸ਼ੁਕਰਨ ਹਬੀਬੀ ਸ਼ੁਕਰਨ ਔਰ ਇਸ ਤੋਂ ਇਲਾਵਾ ਦੀਦਾ ਇਤਾਰ ਕਹਿੰਦੇ ਨੇ ਜੀ ਸਾਡਾ ਹਾਲ ਪੁੱਛਦੇ ਨੇ ਅਲਹਮਦੁਲਿਲਾ ਜੀ ਫਿਟ ਫਾਟ ਇੱਕਦਮ ਮਜ਼ੇ ਵਿੱਚ ਲਸ਼ ਪਾਸ਼ਾ ਔਰ ਇਸ ਤੋਂ ਇਲਾਵਾ ਜੀ ਸਿਕੰਦਰ ਅਬਾਸ ਕਹਿੰਦੇ ਨੇ ਬਿਰਿਆਨੀ ਖਾਣ ਦੀਆਂ ਤੁਹਾਨੂੰ ਬਿਰਿਆਨੀ ਖਾਣ ਲੱਗੇ ਨੇ ਤੇ ਨਾਲ ਸਾਨੂੰ ਸੁਣ ਰਹੇ ਨੇ ਕਿਆ ਬਾਤ ਹੈ ਸੁਣਨ ਵਾਲੀ ਗੱਲ ਤੇ ਠੀਕ ਹੈ ਲੇਕਿਨ ਨਾਲ ਬਿਰਿਆਨੀ ਖਾ ਰਹੇ ਹੋ ਤੁਸੀਂ ਤੇ ਇਕੱਲੇ ਇਕੱਲੇ ਖਾ ਰਹੇ ਹੋ ਇਹ ਗੱਲ ਚੰਗੀ ਨਹੀਂ ਹੈਗੀ ਸੁੱਲਾ ਵੀ ਮਾਰਨੀ ਚਾਹੀਦੀ ਕਿਸੇ ਨੂੰ ਤੇ ਕਿੱਦਾਂ ਕਿੱਥੇ ਦੇਰ ਮਾਰਨਾ ਤੇ ਤੁਸੀਂ ਕਹਿ ਲਓ ਕਿ ਨਮਕ ਛਿੜਕਣਾ ਇਹ ਚੰਗੀ ਗੱਲ ਨਹੀਂ ਹੁੰਦੀ ਬਹਰਹਾਲ ਜਨਾਬ ਤੁਸੀਂ ਇਸ ਇਲਾਵਾ ਸਾਨੂੰ ਡੀਐਮ ਜਾਂ ਵਟਸਐਪ ਕਰਨਾ ਚਾਹੁੰਦੇ ਹੋ ਤੇ ਨੰਬਰ ਹੈ ਸਾਡਾ 0302-395-9797 ਠੀਕ ਹੈ ਨਾ ਇੱਥੇ ਤੁਸੀਂ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਸਾਨੂੰ ਡੀਐਮ ਜਾਂ ਵਟਸਐਪ ਕਰ ਸਕਦੇ ਹੋ ਲਾਈਵ ਕਾਲ ਸ਼ਾਮਿਲ ਹੋਣਾ ਚਾਹੁੰਦੇ ਹੋ ਤੇ 0537-601-961 ਤੇ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਤੁਹਾਡੇ ਜਿਹੜੇ ਸਾਨੂੰ ਮਿਲਦੇ ਆ ਨਾ ਹਾਂਜੀ ਵਟਸਐਪ ਉਹ ਵੀ ਸ਼ਾਮਿਲ ਕਰਾਂਗੇ ਥੋੜੇ ਜਿਹੇ ਚਿਰ ਨੂੰ ਲੇਕਿਨ ਲਾਈਵ ਤੁਹਾਡੇ ਕਮੈਂਟਸ ਜਿਹੜੇ ਵੀ ਆ ਰਿਹਾ ਉਹੀ ਸ਼ਾਮਿਲ ਕਰਦਾ ਜਾ ਰਿਹਾ ਮੈਂ ਪ੍ਰੋਗਰਾਮ 'ਚ ਔਰ ਮੈਨੂੰ ਇਹ ਦੱਸ ਦਿਓ ਕਿ ਕਿੱਥੇ ਬੈਠੇ ਸੁਣ ਰਹੇ ਹੋ ਕਿਹੜੇ ਪਿੰਡ ਸ਼ਹਿਰ ਜਾਂ ਫਿਰ ਕੰਟਰੀ ਦੇ ਵਿੱਚੋਂ ਤੁਸੀਂ ਇਸ ਵੇਲੇ ਔਰ ਕੀ ਕਰ ਰਹੇ ਹੋ ਕੀ ਐਕਟੀਵਿਟੀ ਤੁਹਾਡੇ ਵੱਲ ਚੱਲ ਰਹੀ ਹੈ ਤੇ ਗਰਮੀਆਂ ਦੀ ਗੱਲ ਕਰਾਂਗੇ ਸਮਰ ਨੂੰ ਸੈਲੀਬ੍ਰੇਟ ਕਰ ਰਿਹਾ ਸੀ ਔਰ ਗਰਮੀਆਂ ਤੇ ਬਹੁਤ ਕਹਿ ਲਓ ਇਸ ਟਾਈਮ ਜੋਬਨ ਤੇ ਨੇ ਔਰ ਬੜੀਆਂ ਸਹੀ ਸ਼ਿਕਰ ਦੁਪਹਿਰ ਦਾ ਵੇਲਾ ਲੇਕਿਨ ਫਿਰ ਵੀ ਤੁਹਾਡੇ ਲਈ ਪ੍ਰੋਗਰਾਮ ਮੈਂ ਲੈ ਕੇ ਆਇਆ ਲੇਕਿਨ ਗਰਮੀਆਂ ਜਦੋਂ ਆਉਂਦੀਆਂ ਨੇ ਇਹਦੇ ਨਾਲ ਬਹੁਤ ਸਾਰੀਆਂ ਸੁਗਾਤਾਂ ਵੀ ਆਪਣੀਆਂ ਲਿਆਉਂਦੀਆਂ ਨੇ ਜਿੱਦਾਂ ਕਿ ਸਰਦੀਆਂ ਦੀਆਂ ਸੁਗਾਤਾਂ ਹੁੰਦੀਆਂ ਨੇ ਇੱਦਾਂ ਗਰਮੀਆਂ ਦੀਆਂ ਵੀ ਸੁਗਾਤਾਂ ਹੁੰਦੀਆਂ ਨੇ ਔਰ ਗਰਮੀਆਂ ਦੇ ਇਸ ਮੌਸਮ ਵਿੱਚ ਜਿਹੜਾ ਹੁੰਦਾ ਉਹ ਤੁਹਾਨੂੰ ਜਾਂ ਕਹਿ ਲਓ ਕਿ ਸੁਗਾਤਾਂ ਵਿੱਚ ਗਰਮੀਆਂ ਦੇ ਵਿੱਚ ਤੁਹਾਨੂੰ ਕਿਹੜੀਆਂ ਪਸੰਦ ਨੇ ਵੇਖੋ ਕਿ ਅੰਬ ਵੀ ਲੈ ਕੇ ਆਉਂਦੀਆਂ ਨੇ ਦਵਾਣੇ ਵੀ ਲੈ ਕੇ ਆਉਂਦੀਆਂ ਨੇ ਤਰਬੂਜ਼ ਜਿਹਨੂੰ ਕਹਿੰਦੇ ਹੋ ਵਾਟਰਮੈਲਨ ਅਤੇ ਇਸ ਲਈ ਹੋਰ ਵੀ ਮਜ਼ੇਦਾਰ ਜੇ ਦੂਜੇ ਫਰੂਟਸ ਵੀ ਹੁੰਦੇ ਆ ਲੇਕਿਨ ਇਹ ਦੋ ਫਰੂਟ ਜਿਹੜੇ ਨਾ ਇਹ ਬਹੁਤ ਜ਼ਿਆਦਾ ਕਹਿ ਲਓ ਕਿ ਇੰਪੋਰਟੈਂਟ ਹੁੰਦੇ ਨੇ ਔਰ ਗਰਮੀਆਂ ਦੀ ਪਹਿਚਾਨ ਔਰ ਸ਼ਾਨ ਹੁੰਦੇ ਨੇ
ਇਸ ਤੋਂ ਇਲਾਵਾ ਜਨਾਬ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਗਰਮੀਆਂ ਦੀਆਂ ਸੁਗਾਤਾਂ ਵਿੱਚ ਤੁਹਾਨੂੰ ਕਿਹੜੀਆਂ ਚੰਗੀਆਂ ਲੱਗਦੀਆਂ ਨੇ, ਕਿਹੜਾ ਡਰਿੰਕ ਤੁਸੀਂ ਪੀਣਾ ਪਸੰਦ ਕਰਦੇ ਹੋ ਗਰਮੀਆਂ ਦੇ ਵਿੱਚ, ਕਿਹੜੀ ਤੁਸੀਂ ਕਹਿ ਲਓ ਕਿ ਡਿਸ਼ ਖਾਣਾ ਪਸੰਦ ਕਰਦੇ ਹੋ, ਕਿਹੜਾ ਫਰੂਟ ਖਾਣਾ ਪਸੰਦ ਕਰਦੇ ਹੋ, ਇਹ ਵੀ ਸਾਨੂੰ ਦੱਸ ਦਿਓ ਕਿਹੜੀ ਤੁਹਾਡੀ ਫੇਵਰਟ ਚੀਜ਼ ਹੈ ਕਿ ਜਿਹੜੀ ਗਰਮੀਆਂ ਦੇ ਵਿੱਚ ਹੁੰਦੀ ਹੈ ਤੁਹਾਨੂੰ ਬਹੁਤ ਚੰਗੀ ਲੱਗਦੀ ਹੈ, ਔਰ ਗਰਮੀਆਂ ਨੂੰ ਕਿੱਦਾਂ ਸੈਲੀਬ੍ਰੇਟ ਕਰਦੇ ਹੋ, ਤੁਸੀਂ ਕੀ ਕੁਛ ਕਰਦੇ ਹੋ, ਕੁਝ ਲੋਕ ਟਿਊਬਵੈਲ ਨਹਿਰਾਂ ਤੇ ਸੂਬਿਆਂ ਤੇ ਜਾਂ ਫਿਰ ਨਹਾਉਣ ਜਾਂਦੇ ਆ ਤੇ ਨਹਿਰਾਂ ਤੇ ਨਹੀਂ ਨਹਾਉਣਾ ਚਾਹੀਦਾ, ਬੜੀਆਂ ਡੂੰਘੀਆਂ ਹੁੰਦੀਆਂ ਨੇ, ਟਿਊਬਵੈਲ ਤੇ ਨਹਾ ਲਓ, ਸੂਬੇ ਦਾ ਮੈਂ ਵੀ ਕੁਝ ਕਹਿ ਨਹੀਂ ਸਕਦਾ, ਲੇਕਿਨ ਇਸ ਤੋਂ ਇਲਾਵਾ ਜਿਹੜਾ ਹੁੰਦਾ ਨਾ ਇਹ ਜੱਗੂ ਹੈਡਸੈਟ ਜਿਹੜੇ ਬਣੇ ਨੇ, ਮੈਂ ਖੁਦ ਉੱਥੇ ਨਹਾ ਗਿਆ ਲੇਕਿਨ ਉੱਥੇ ਹੀ ਨਹਾ ਲੈਣਾ ਚਾਹੀਦਾ। ਅੱਜ ਬਿਲਕੁਲ ਜਨਾਬ ਮੁਹੰਮਦ ਬਿਲਾਲ ਆ ਕੇ ਨੇ ਕਹਿੰਦੇ ਨੇ ਅਸੀਂ ਵੀ ਅੱਜ ਬਿਰਿਆਨੀ ਦਾ ਹੀ ਸ਼ੁਗਲ ਕੀਤਾ ਹੈ। ਵਧੀਆ ਗੱਲ ਹੈ ਜੀ, ਅਗਰ ਤੁਸੀਂ ਬਿਰਿਆਨੀ ਦਾ ਸ਼ੁਗਲ ਕੀਤਾ ਹੈ ਤੇ ਫਿਰ ਤੇ ਬੜੀ ਚੰਗੀ ਗੱਲ ਹੈ ਤੇ ਆਪ ਖਾਣਾ ਦੇ ਨਾਲ ਸਾਨੂੰ ਵੀ ਪੜ ਕੇ ਤੇ ਬਖਸ਼ ਦੇਣਾ, ਠੀਕ ਹੈ ਨਾ। ਅਤੇ ਮੁਹੰਮਦ ਬਿਲਾਲ ਕਹਿੰਦੇ ਨੇ ਮੈਂ ਵੈਸੇ ਤੇ ਖਾ ਰਹੀਆਂ ਤੁਸੀਂ ਹਾਂ, ਪਰ ਇਸ ਵੇਲੇ ਇਸਲਾਮਾਬਾਦ ਚ ਤੁਹਾਨੂੰ ਸੁਣ ਰਿਹਾ, ਠੀਕ ਹੈ ਜੀ। ਇਸਲਾਮਾਬਾਦ ਵਾਲਿਓ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦੇ ਆ ਰੌਣਕ ਮੇਲਾ ਵਿੱਚ ਮੁਹੰਮਦ ਅਮਨਾਨ ਤੁਹਾਡੇ ਨਾਲ, ਔਰ ਮੈਨੂੰ ਦੱਸ ਦਿਓ ਕਿ ਕੁਛ ਕਹਿਣਾ ਚਾਹੁੰਦੇ, ਕੋਈ ਚੰਗੀ ਗੱਲ ਸ਼ੇਅਰ ਕਰਨੀ ਹੋਵੇ ਤੇ ਜ਼ਰੂਰ ਕਰਨਾ, ਮੋਸਟ ਵੈਲਕਮ ਜੀ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਹਮਾਰਾ ਖਾ ਰਹੀਆਂ FM 97, ਔਰ ਇਸ ਤੋਂ ਇਲਾਵਾ ਕੋਈ ਜੋਕ ਸ਼ੇਅਰ ਕਰਨਾ ਹੋਵੇ ਨਾ ਤੇ ਜ਼ਰੂਰ ਪੰਜਾਬੀ ਵਾਲਾ ਕਰਿਆ ਜੇ, ਬੜਾ ਮਜ਼ੇਦਾਰ ਹੁੰਦਾ। ਅੱਜ ਕੋਈ ਟੱਪਾ ਮਾਈ ਜਾਂ ਸ਼ੇਅਰ ਜਾਂ ਫਿਰ ਐਨੀਥਿੰਗ ਐਲਸ ਤੁਸੀਂ ਅਗਰ ਸ਼ੇਅਰ ਕਰਨਾ ਚਾਹੋ ਤੇ ਮੋਸਟ ਵੈਲਕਮ ਜੀ ਤੁਹਾਡਾ ਆਪਣਾ ਰੇਡੀਓ ਅੱਜ ਕਰ ਲਓ। ਤੇ ਫਿਲਹਾਲ ਤੁਹਾਨੂੰ ਇੱਕ ਹੋਰ ਬੜਾ ਜ਼ਬਰਦਸਤ ਜਿਹਾ ਗੀਤ ਸੁਣਾਉਣਾ ਹੈ, ਪਾਕਿਸਤਾਨੀ ਫਿਲਮ ਦਾ ਨਾਂ ਹੈ ਜੀ ਬਾਜੀ ਐਂਡ ਟਰੈਕ, ਟਾਈਟਲ ਬਦਲਾਂ ਦੇ ਵਿੱਚ ਮੈਨੂੰ ਗੁੱਡੀ ਵਾਂਗੂ ਸਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਤੇ ਬਿਲਕੁਲ ਜਨਾਬ ਉਡਾਈ ਜਾ ਤੇ ਮੌਜ ਮਨਾਈ ਜਾ। ਤੇ ਫਿਲਹਾਲ ਇਹ ਗੀਤ ਸੁਣੋਗੇ, ਇਸ ਬਾਅਦ ਬ੍ਰੇਕ ਹੋਵੇਗੀ ਨਿੱਕੀ ਜੀ, ਫਿਰ ਉਸ ਬਾਅਦ ਮੁੜ ਕੇ ਆਵਾਂਗੇ ਤੇ ਹੋਰ ਗੱਲਾਂ ਬਾਤਾਂ ਪਾਵਾਂਗੇ। ਸੁਣਦੇ ਰਹਿਣਾ ਹਮਾਰਾ ਖਾ ਰਿਹਾ FM 97। ਹਾਂਜੀ, ਹੋਰ ਸੁਣਾਓ ਕੀ ਹਾਲ ਚਾਲ ਹੈ ਤੇ ਕੌਣ ਕੌਣ ਤੁਹਾਡੇ ਨਾਲ ਹੈ, ਇਸ ਵੇਲੇ ਕਿੱਥੇ ਬੈਠੇ ਹੋ, ਕਿਹੜੀ ਸੋਹਣੀ ਧਰਤੀ ਤੇ ਬਹਿ ਕੇ ਸਾਡਾ ਪ੍ਰੋਗਰਾਮ ਵੇਖਦੇ ਪਏ ਜੇ ਤੁਸੀਂ, ਠੀਕ ਹੈ ਨਾ। ਸਾਨੂੰ ਇਹ ਦੱਸਣਾ ਜ਼ਰੂਰ ਹੈ, ਔਰ ਅਗਰ ਤੁਸੀਂ DM ਜਾਂ ਵਟਸਐਪ ਕਰਨਾ ਹੋਵੇ ਤੇ ਫਿਰ 0302-395-9797 ਸਾਡਾ ਨੰਬਰ ਹੁੰਦਾ, ਔਰ ਹਰ ਬੁੱਧਵਾਰ ਨੂੰ ਸਿਰਫ ਇਹ ਪ੍ਰੋਗਰਾਮ ਹੁੰਦਾ ਜਨਾਬ ਪੰਜਾਬੀ ਰੌਣਕ ਮੇਲਾ, ਮੇਰੇ ਨਾਲ ਤੁਸੀਂ ਲਾਈਵ ਸੁਣਦੇ ਹੋ ਦਿਨ 2 ਤੋਂ ਲੈ ਕੇ 4 ਵਜੇ ਤੱਕ, 2:43 ਯਾਨੀ ਕਿ 2:43 ਹੋ ਗਏ ਨੇ, ਔਰ ਤਕਰੀਬਨ 4 ਵਜੇ ਤੱਕ ਰਹਾਂਗਾ ਮੈਂ ਤੁਹਾਡੇ ਨਾਲ, 1.5 ਘੰਟਾ ਤਕਰੀਬਨ ਬਾਕੀ ਰਹਿ ਗਿਆ ਪ੍ਰੋਗਰਾਮ 'ਚ ਤੇ ਹੋਰ ਗੱਲਾਂ ਬਾਤਾਂ ਵੀ ਹੋਣਗੀਆਂ। ਅਤੇ ਬਿਲਕੁਲ ਜਨਾਬ ਠੀਕ ਹੈ, ਮੈਂ ਇੱਧਰ ਤੁਹਾਡੇ ਬਾਕੀ ਦੇ ਮੈਸੇਜਸ ਹੋਰ ਜਿਹੜੇ ਕਮੈਂਟਸ ਆ ਰਹੇ ਨੇ ਉਹਨਾਂ ਵੱਲ ਵੀ ਥੋੜਾ ਜਿੰਨਾ ਧਿਆਨ ਕਰ ਲਵਾਂ। ਹਾਂਜੀ, ਤੇ ਜਿੰਨੇ ਵੀ ਲੋਕ ਕਮੈਂਟਸ ਕਰ ਰਹੇ ਹੋ ਸਾਰਿਆਂ ਦੇ ਸ਼ਾਮਿਲ ਹੋਣਗੇ, ਇਹ ਨਹੀਂ ਸੋਚਣਾ ਮੈਂ ਤਾਂ ਥੋੜਾ ਜਿੰਨਾ ਬਿਜ਼ੀ ਹੋ ਗਿਆ ਸੀ, ਇਹ ਨਹੀਂ ਤੁਸੀਂ ਸੋਚਣਾ ਕਿ ਸਾਡੇ ਕਮੈਂਟਸ ਨਹੀਂ ਸ਼ਾਮਿਲ ਕਰ ਰਹੇ, ਤੁਹਾਡੇ ਸਾਰਿਆਂ ਦੇ ਕਮੈਂਟ ਸ਼ਾਮਿਲ ਹੋਣਗੇ, ਲੇਕਿਨ ਇਹਦੇ ਨਾਲ ਗੱਲਬਾਤ ਇਹ ਹੈ ਕਿ ਗਰਮੀਆਂ ਦੇ ਵਿੱਚ ਕਾਫੀ ਸਾਰੀਆਂ ਸੁਗਾਤਾਂ ਹੁੰਦੀਆਂ ਨੇ ਅਤੇ ਤੁਸੀਂ ਸਿਰਫ ਅੱਜ ਮੈਨੂੰ ਇੰਨੀ ਜੀ ਗੱਲ ਦੱਸਣੀ ਹੈ, ਕੋਈ ਔਖਾ ਕੁਐਸਚਨ ਨਹੀਂ ਮੈਂ ਤੁਹਾਡੇ ਲਈ ਰੱਖਿਆ ਕਿ ਗਰਮੀਆਂ ਦੇ ਸੁਗਾਤਾਂ ਵਿੱਚ ਤੁਹਾਨੂੰ ਜਿਹੜੀ ਹੈ ਨਾ ਕਿਹੜੀ ਸੁਗਾਤ ਜਿਹੜੀ ਬੜੀ ਚੰਗੀ ਲੱਗਦੀ ਹੈ, ਬਹੁਤ ਪਸੰਦ ਹੈ, ਉਹ ਕਹਿ ਲਓ ਕਿ ਡਰਿੰਕ ਵੀ ਹੋ ਸਕਦੀ, ਖਾਣ ਵਾਲੀ ਕੋਈ ਚੀਜ਼ ਹੋ ਸਕਦੀ ਹੈ, ਜਾਂ ਫਿਰ ਉਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਹੋ ਸਕਦੀਆਂ ਨੇ, ਜਿਹੜੀ ਤੁਹਾਡੀ ਫੇਵਰੇਟ ਹੋਵੇ ਜਾਂ ਮਨਪਸੰਦ ਹੋਵੇ ਮੈਨੂੰ ਜ਼ਰੂਰ ਤੁਸੀਂ ਕਮੈਂਟ ਜਾਂ ਮੈਸੇਜ ਕਰਕੇ ਦੱਸਣਾ। Next to commercial break. Stay tuned.
कोई अजीज मर्दाना या जनाना पोशीदा अमराज का शिकार है तो परेशान न छोड़ दियो। ऐसे मुकम्मल इलाज ले दवाखाना साहबजादा किबला बड़े हकीम साहब को तशरीफ ले आओ। दवाखाना साहबजादा किबला बड़े हकीम साहब मास्टर टिंगा बस स्टैंड डिनर रोड खारिया। मजीद मालूम लिए कॉल करो 0301-42-672। अस्सलाम वालेकुम जी, एक बार फिर वेलकम बैक हो गया सारे दा। मैं कहती हेल्स एंड हाइज गर्ल्स एंड गाइस बेबीज एंड बॉयज अंकल एंड आंटीज ऑल द फाजी एंड ऑल द फरजाइयां चाचे मामे भूपियां ताइयां आते जिन्ना ने तुहाडे जम्मण उते खुशियां मनाइयां मनानियां भी चाहीदियां ने। आफ्टर ऑल इन्नी सोहनी चीज आई सी दुनिया ते आते उन्हां सारियां नूं छड़ियां ते कुवारियां नूं ते व्याहियां होईयां विचारियां नूं भी जियां नूं कहिंदे आ प्रोग्राम रौनक मेला। सुनदे हो तुसीं जनाब मुहम्मद अमनान दे नाल और 2:47 दा वेला ते कॉलरस दी अज नजर आ रहे। कॉलरस कित्थे टुर गए हो तुसीं? छेती छेती आ जाओ 0537-601-961 ते कॉल मिलाओ और मैनू दसो कि गर्मियां दी सुगातां विच तुहानूं कीड़ी सुगात जिहड़ी ओह चंगी लगदी और पसंद है, तुहाडी फेवरेट है और तुहाडा फेवरेट फूड की है अजकल, फेवरेट ड्रिंक केड़ा हैगा और जनाब फेवरेट तुहाडा ड्रेस केड़ा हैगा, कीड़ी ड्रेसिंग करदे हो तुसीं अजकल, किद्दां तुसीं अपने आप नूं ड्रेसअप करदे हो ते बिल्कुल जनाब दस दिओ मैनू। और क्योंकि गर्मियां हुंदियां ते इहनां दी खास गल हुंदी है। बहरहाल जनाब तुहाडे जिहड़े सुनेहे आ रहे व्हाट्सएप ओह वी शामिल करदे चलिए। और सना खान ने साडे नाल वालेकुम असलाम जी, साडा हाल अलहमदुल्ला चंगा तुसीं पुछिया सीगा। और सनाहा ने बड़ी सोहनी जिही गल की है, कहंदे ने जी चंगा इंसान जिहड़ा हुंदा है वह मतलबी नहीं हुंदा, बस दूर हो जांदा उन्हां लोकां तों जिन्हां नूं ओहदी कदर नहीं हुंदी। बिल्कुल जनाब सोलां ने सच गल की हैगी तुसीं, ते चंगे इंसान की वाकई निशानी हुंदी है कि ओहदे अंदर मतलब नहीं हुंदा, ਉਹ ਬਸ ਕਹਿ ਲਓ ਕਿ ਮੁਖਲਸ ਹੁੰਦਾ, ਹਾਲਸ ਹੁੰਦਾ, ਹਾਲਸ ਜਿੱਦਾਂ ਹਾਲਸ ਸੋਨਾ ਨਹੀਂ ਹੁੰਦਾ, ਹਾਲਸ ਦੁੱਧ ਨਹੀਂ ਹੁੰਦਾ, ਉਦਾਂ ਹਾਲਸ ਹੁੰਦਾ ਤੇ ਉਹ ਬਸ ਉਹਨਾਂ ਲੋਕਾਂ ਤੋਂ ਦੂਰ ਹੋ ਜਾਂਦਾ ਜਿਹੜੇ ਲੋਕ ਉਹਦੀ ਕਦਰ ਨਹੀਂ ਕਰਦੇ, ਉਹ ਕਿਸੇ ਤੋਂ ਗਿੱਲੇ ਸ਼ਿਕਵੇ ਨਹੀਂ ਕਰਦਾ, ਕਿਸੇ ਤੋਂ ਕੰਪਲੇਨ ਨਹੀਂ ਕਰਨ ਲੱਗਾ। ਤੇ ਬਹੁਤ ਸੋਹਣੀ ਜਿਹੀ ਗੱਲ ਕੀਤੀ, ਇੱਦਾਂ ਦੀ ਕੋਈ ਸੋਹਣੀ ਤੇ ਚੰਗੀ ਜਿਹੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤੇ ਜਨਾਬ ਜ਼ਰੂਰ ਕਰਨਾ ਕਮੈਂਟਸ ਤੇ ਸਾਡੇ ਨਾਲ ਸ਼ੇਅਰ ਕਰਨਾ। ਇਸ ਤੋਂ ਇਲਾਵਾ 0302-395-9797 ਤੇ ਸਾਨੂੰ ਡੀਐਮ ਜਾਂ ਵਟਸਐਪ ਕਰਨਾ, ਔਰ ਲਾਈਵ ਕਾਲ ਕਰਨਾ ਹੋਵੇ ਤੇ 0537-601-961 ਤੇ ਉਹ ਵੀ ਕਰ ਸਕਦੇ ਹੋ। ਔਰ ਇੱਧਰ ਤੁਹਾਡੇ ਕਮੈਂਟਸ ਜਿਹੜੇ ਨੇ ਉੱਤਾਂ ਉੱਤਾਂ ਜਾਂਦੇ ਜਾ ਰਹੇ ਉਹ ਵੀ ਸ਼ਾਮਿਲ ਕਰਦੇ ਚੱਲੀਏ। ਔਰ ਇੱਧਰ ਦੇਖਦੇ ਹਾਂ ਜੀ ਕਿੱਦਾਂ ਕਿੱਦਾਂ ਕਮੈਂਟਸ ਰਹਿ ਗਿਆ ਸੀਗਾ। ਅਤੇ ਜਨਾਬ ਅਦੀਲ ਰਜ਼ਾਕ ਸਾਹਿਬ ਆ ਕੇ ਇਟਲੀ ਚ ਬੈਠੇ ਸਾਨੂੰ ਸੁਣਦੇ ਨੇ ਜੀ, ਵਾਲੇਕੁਮ ਅਸਲਾਮ, ਬਹੁਤ ਸ਼ੁਕਰੀਆ, ਵੈਲਕਮ ਹੋ ਗਿਆ ਵੀਰੇ ਦਾ। ਔਰ ਇਸ ਤੋਂ ਇਲਾਵਾ ਉਮੇਰ ਚੌਧਰੀ ਨੇ ਸਾਡੇ ਨਾਲ, ਔਰ ਸਾਡਾ ਹਾਲ ਚੰਗਾ, ਕਹਿੰਦੇ ਨੇ ਗੁਲਿਆਣੇ ਤੋਂ ਲੇਕਿਨ ਇਸ ਟਾਈਮ ਦੁਬਈ ਚ ਬਹਿ ਕੇ ਚਾਹ ਪੀ ਰਹੇ ਨੇ ਔਰ ਸਾਨੂੰ ਸੁਲਾ ਵੀ ਮਾਰੀ ਨੇ, ਕਹਿੰਦੇ ਨੇ ਅੱਜ ਉਹ ਪੀ ਲਓ, ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ ਤੁਹਾਡਾ। ਔਰ ਇਸ ਤੋਂ ਇਲਾਵਾ ਜੀ ਵਕਾਸ ਮਹਿਰ ਸਾਹਿਬ ਨੇ ਜੀ, ਵਾਲੇਕੁਮ ਸਲਾਮ ਵਕਾਸ ਮਹਿਰ ਸਾਹਿਬ, ਤੁਹਾਡਾ ਵੀ ਪ੍ਰੋਗਰਾਮ ਚ ਵੈਲਕਮ ਕਰਦੇ ਹਾਂ। ਔਰ ਜ਼ਾਹਿਦ ਹੁਸੈਨ ਸਾਹਿਬ ਨੇ ਜੀ, ਕਿਆ ਬਾਤ ਜੀ, ਇਹਨੂੰ ਕਹਿੰਦੇ ਆ। ਔਰ ਇਸ ਤੋਂ ਇਲਾਵਾ ਸਿਕੰਦਰ ਬਾਦ ਕਹਿੰਦੇ ਬਾਈ ਹਮਜ਼ਾ ਦਾ ਪ੍ਰੋਗਰਾਮ ਕਦੋਂ ਹੈ? ਮੈਨੂੰ ਆਪ ਨਹੀਂ ਪਤਾ, ਮੈਂ ਤੁਹਾਨੂੰ ਕੀ ਦੱਸਾਂਗਾ। ਤੇ ਅਦੀਲ ਰਜ਼ਾਕ ਸਾਹਿਬ ਕਹਿੰਦੇ ਨੇ ਕਿ ਅੰਬ ਤੇ ਜਾਮਨ ਜਿਹੜੇ ਹੁੰਦੇ ਨੇ, ਜਾਮਨੂ ਜਿਹੜੇ ਹੁੰਦੇ ਨੇ, ਯਾਨੀ ਕਿ ਗਰਮੀਆਂ ਦੀਆਂ ਸੁਗਾਤਾਂ ਵਿੱਚ ਫੇਵਰੇਟ ਇਹਨਾਂ ਦੇ ਨੇ ਅੰਬ ਤੇ ਜਾਮਨੂ ਜਿਹੜੇ ਹੁੰਦੇ ਨੇ ਨਾ, ਉਹ ਇਹਨਾਂ ਨੂੰ ਬੜੇ ਪਸੰਦ ਰਿਹਾ। ਹਾ ਕਾਲਾ ਜਮੂਰਾ ਕਾਲਾ। ਤੇ ਇਸ ਤੋਂ ਇਲਾਵਾ ਜਨਾਬ ਅੰਬ ਕਿਹੜਾ ਪਸੰਦ ਹੈ ਤੁਹਾਨੂੰ, ਲੰਗੜਾ ਜਾਂ ਫਿਰ ਸਹੀ ਲੱਤਾਂ ਵਾਲਾ? ਹਾਂਜੀ ਬਿਲਕੁਲ, ਮੈਨੂੰ ਇਹ ਦੱਸਣਾ ਕਿ ਅੰਬ ਤੁਹਾਨੂੰ ਕਿਹੜਾ ਪਸੰਦ ਹੈ। अच्छा जी सिकंदर अब्बास साहब ने कहते हैं मेरी गर्मिया की पसंदीदा मैंगो मिल्क शेक ते खरबूजा है, बस होर कुछ भी नहीं। आहा क्या बात है जनाब, मैंगो मिल्क शेक, मैंगो तो किसी फार्म च हो मैंगो मैंगो ही होंगे। अक्सर लोग कहते ना कि कोई बंदा कि तेन कहते इतने की करना आयो, तुम इतने मैंगो चूपण आए हो? अब बिल्कुल जनाब चूपण वाले मैंगो का भी अपना मजा, लेकिन जो कट के खाने वाले मैंगो का है ना, वह वखरा जिहा स्वाद होंगे। इस तो इलावा जनाब फलक कवान ने साडे नाल वालेकुम सलाम एंड गुड आफ्टरनून कहिंदे सी इन्हें सानू, और सारे सुनन वाले सलाम भेज रहे ने जनाब। ओमान तू ओमान वाले हो, ओमान शरीफ वाले हो, वेलकम कहने तुहानू। और जी आयां नू बहुत शुक्रिया ते बड़ी मेहरबानी। उमैर चौधरी साहब ने ढेर सारे दिल सानू भेजे ने जनाब। आहा क्या बात है ब्रो,
थैंक यू सो मच। और इस अलावा जनाब तुम भी शामिल हो सकते हो, लाइव कॉल करना चाहते होते 0537601961 यानी कि 0537601961। और इस अलावा जनाब व्हाट्सएप या डीएम करना हो तो 0302-395-9997 से छेती छेती आके कर लेना। इन्हें कि प्रोग्राम का वेला मुक जाए ਅਤੇ ਤੁਹਾਨੂੰ ਗਾਣੇ ਜਿਹੜੇ ਨਾ ਬੜੇ ਮਜ਼ੇਦਾਰ ਜਿਵੇਂ ਸੁਣਾ ਰਿਹਾ। ਫਿਲਹਾਲ ਇੱਕ ਲੇਟੈਸਟ ਔਰ ਫਰੈਸ਼ਲੀ ਬੇਕਡ ਨੰਬਰ ਜ਼ਿਸ਼ਾਨ ਰੋਕੜੀ ਹੋਤਾ ਹੈ, ਰੋਕੜੀ ਹੋਰਾਂ ਨੇ ਗਾਇਆ। ਅਤੇ ਬਿਲਕੁਲ ਜਨਾਬ ਹਲੇ 24 ਘੰਟੇ ਵੀ ਨੇ ਇਹਨੂੰ ਪੂਰੇ ਹੋਏ ਰਿਲੀਜ਼ ਹੋਏ ਨੇ, ਤੇ ਮੈਂ ਤੁਹਾਡੇ ਲਈ ਸਭ ਤੋਂ ਪਹਿਲੇ ਹਮਾਰਾ ਘਰੇ ਫਿਲਮ 97 ਤੇ ਪਲੇ ਕਰ ਰਿਹਾ। ਤੇ ਬਿਲਕੁਲ ਜਨਾਬ ਇਹਨੂੰ ਇੰਜੋਏ ਕਰਨਾ ਸੁਣਨਾ, ਇਸ ਤੋਂ ਬਾਅਦ ਮੁੜ ਕੇ ਆਉਂਦੇ ਫਿਰ ਹੋਰ ਗੱਲਾਂ ਬਾਤਾਂ ਪਾਉਂਦੇ ਸੁਣਦੇ ਰਹਿਣਾ ਹਮਾਰਾ ਘਰ ਗਿਆ ਫਿਲਮ 97। ਹਾਂਜੀ ਥੋੜਾ ਜਿਹਾ ਆਵਾਜ਼ ਘਟਾ ਦਿਆਂ ਕਿਉਂਕਿ ਫੇਸਬੁੱਕ ਵਾਲੇ ਕਹਿੰਦੇ ਆ ਕਿ ਕਾਪੀ ਰਾਈਟਸ ਇਸ਼ੂ ਹੈਗੇ ਨੇ, ਤੁਸੀਂ ਮਿਊਜ਼ਿਕ ਨਹੀਂ ਪਲੇ ਕਰ ਸਕਦੇ। ਮੈਂ ਕਿਹਾ ਚਲੋ ਜੀ ਅਸੀਂ ਤਾਂ ਪ੍ਰੋਗਰਾਮ ਕਰਨਾ ਹੀ ਹੈ, ਅਸੀਂ ਗੱਲਾਂ ਨਾਲ ਕਰ ਲੈਂਦੇ, ਅਸੀਂ ਮਿਊਜ਼ਿਕ ਨਹੀਂ ਪਲੇ ਕਰਦੇ। ਅਤੇ ਹੋਰ ਸੁਣਾਓ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਜ਼ਿਆਉਰ ਰਹਿਮਾਨ ਆ ਗਏ ਨੇ ਜੀ, ਮੋਸਟ ਵੈਲਕਮ ਹੋ ਗਿਆ ਵੀਰੇ। ਔਰ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਵੀ ਪ੍ਰੋਗਰਾਮ 'ਚ ਸਤ ਬਿਸਮਿਲ੍ਲਾ ਸਾਰੇ ਸੁਣਨ ਵੇਖਣ ਵਾਲਿਆਂ ਦਾ। और अरिशफा हुनैन ने जी साढ़े नाल, और बहुत शुक्रिया। उमेर चौधरी ने कहने खुश रहो जनाब, बहुत शुक्रिया जी, तुसी भी खुश रहो जी, उन्दे हसते वसते रहो और सिरां ते तेल चसते रहो, गर्मी है ना ते चंपी चंगी हुंदी है। अते और ज़ियाउर रहमान कहते ने बंदा नाइस है, थैंक यू सो मच जी। और फाकत महमूद कहते ने कि शो नाइस लग रहा, ओके थैंक यू जी, बहुत शुक्रिया, थोड़ा वेलकम हो गया। ਹਾਂਜੀ ਮੈਂ ਕਿਹਾ ਗੱਡੀ ਆ ਗਈ ਸਟੇਸ਼ਨ ਤੇ, ਪਿੱਛਾ ਹਟ ਵੇ ਬਾਬੂ ਸਾਨੂੰ ਮਾਈਆ ਵੇਖਣ ਦੇ। ਜੀਆਂ ਨੂੰ ਕਹਿੰਦੇ ਜਨਾਬ ਸਾਰੇ ਸਜਣਾ ਮਿੱਤਰਾਂ ਬੇਲੀਆਂ ਸਹੇਲੀਆਂ ਦੀਆਂ ਸਹੇਲੀਆਂ ਨੂੰ ਕੁਝ ਮਸਰੂਫ ਤੇ ਨਾਲੇ ਕੁਝ ਵੇਲੀਆਂ ਨੂੰ। ਉਹ ਮੈਂ ਕਿਹਾ ਸੀ ਭਾਈ ਜਾਨ ਮਿਹਰਬਾਨ ਗਦਰ ਦਾਣੇ ਵੀ ਨਹੀਂ ਹੋਣਾ ਪਰੇਸ਼ਾਨ, ਥੋੜਾ ਜਿਹਾ ਸਾਡੇ ਵੱਲ ਕਰ ਲਓ ਧਿਆਨ। ਇੱਧਰ ਆ ਗਏ ਤੁਹਾਡਾ ਆਪਣਾ ਮੇਜ਼ਬਾਨ ਮੁਹੰਮਦ ਅਮਨਾਨ। ਔਰ ਜਨਾਬ ਤੁਹਾਡੇ ਸੁਨੇਹੇ ਜਿਹੜੇ ਨਾ ਕਮੈਂਟਸ ਉਹ ਵੀ ਸ਼ਾਮਿਲ ਕਰਦੇ ਚੱਲੀਏ। ਔਰ ਉਮੈਰ ਚੌਧਰੀ ਨੇ ਕਹਿੰਦੇ ਨੇ ਖੁਸ਼ ਰਹੋ ਜਨਾਬ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਰਫਾਕਤ ਮਹਿਮੂਦ ਸਾਹਿਬ ਨੂੰ ਪ੍ਰੋਗਰਾਮ ਚੰਗਾ ਲੱਗਾ, ਬਹੁਤ ਸ਼ੁਕਰੀਆ। ਔਰ ਜ਼ਿਆਉਰ ਰਹਿਮਾਨ ਕਹਿੰਦੇ ਨੇ ਕਿ ਬੰਦਾ ਨਾਈਸ ਹੈਗਾ, ਤੁਸੀਂ ਆਪ ਬੜੇ ਨਾਈਸ ਹੈਗੇ ਹੋ ਇਸ ਵਜ੍ਹਾ ਤੁਹਾਨੂੰ ਬੰਦਾ ਨਾਈਸ ਲੱਗਾ। ਔਰ ਅਰਿਸ਼ਫਾ ਹੁਨੈਨ ਕਹਿੰਦੇ ਟੋਪਿਕ ਹੈ, ਟੋਪਿਕ ਇਹ ਹੈਗਾ ਕਿ ਗਰਮੀਆਂ ਦੀਆਂ ਜਿਹੜੀਆਂ ਹੁੰਦੀਆਂ ਨੇ ਸੁਗਾਤਾਂ, ਇਹਨਾਂ ਵਿੱਚ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ, ਗਰਮੀਆਂ ਦੀਆਂ ਸੁਗਾਤਾਂ ਵਿੱਚੋਂ ਕਿਹੜੀ ਚੀਜ਼ ਤੁਹਾਡੀ ਫੇਵਰੇਟ ਹੈ, ਫੇਵਰੇਟ ਫੂਡ, ਫੇਵਰੇਟ ਡਰਿੰਕ, ਫੇਵਰੇਟ ਡਰੈਸ, ਔਰ ਕੋਈ ਵੀ ਐਸੀ ਚੀਜ਼ ਕਿ ਜਿਹੜੀ ਤੁਹਾਨੂੰ ਗਰਮੀਆਂ ਦੇ ਵਿੱਚ ਚੰਗੀ ਲੱਗਦੀ ਹੋਵੇ। ਵੈਸੇ ਗਰਮੀ ਉਂਝ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗਦੀ, ਲੇਕਿਨ ਹਰ ਮੌਸਮ ਦਾ ਇੱਕ ਆਪਣਾ ਆਪਣਾ ਰੰਗ ਹੁੰਦਾ, ਆਪਣਾ ਆਪਣਾ ਅੰਗ ਹੁੰਦਾ, ਔਰ ਆਪਣਾ ਆਪਣੇ ਉਹਦੀ ਕਹਿ ਲਓ ਕਿ ਸਵਾਦ ਹੁੰਦਾ ਕਿ ਜਿਹੜਾ ਮਜ਼ੇਦਾਰ ਹੁੰਦਾ। ਤੇ ਬਿਲਕੁਲ ਜਨਾਬ, ਤੇ ਹਰ ਇੱਕ ਮੌਸਮ ਨੂੰ ਇੰਜੋਏ ਕਰਨਾ ਚਾਹੀਦਾ, ਲੇਕਿਨ ਤੁਹਾਨੂੰ ਗਰਮੀਆਂ ਵਾਲੀਆਂ ਚੋਂ ਕਿਹੜੀ ਚੀਜ਼ ਹੈ ਜਿਹੜੀ ਚੰਗੀ ਲੱਗਦੀ, ਠੀਕ ਹੈ ਨਾ? ਤੇ ਛੇਤੀ ਛੇਤੀ ਨਾਲ ਮੈਨੂੰ ਦੱਸ ਦੇਣਾ ਔਰ ਤੁਹਾਨੂੰ ਹੋਰ ਵੀ ਗੀਤ ਸੁਣਾਵਾਂਗੇ, ਪਰੇਸ਼ਾਨ ਨਹੀਂ ਹੋਣਾ, ਘਬਰਾਉਣਾ ਨਹੀਂ। ਅਤੇ ਬਿਲਕੁਲ ਜਨਾਬ ਮੈਂ ਤੁਹਾਡੇ ਨਾਲ ਹੀ ਹਾਂ, ਕਿਉਂਕਿ ਵਜ਼ੀਰ ਆਜ਼ਮ ਸਾਹਿਬ ਵੀ ਕਹਿੰਦੇ ਨੇ ਕਿ ਘਬਰਾਉਣਾ ਨਹੀਂ ਸਭ ਤੋਂ ਪਹਿਲੇ। ਔਰ ਜਨਾਬ ਇਸ ਲਈ ਕੋਈ ਚੰਗੀ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਜੋਕ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਪੰਜਾਬੀ ਦੀ ਪੋਇਟਰੀ ਸ਼ੇਅਰ ਕਰਨਾ ਚਾਹੁੰਦੇ ਹੋ, ਤੇ ਮੋਸਟ ਵੈਲਕਮ ਜੀ, ਜਮ ਜਮ ਹੋਰ ਕਰੋ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਜਿਹੜਾ ਕਿ ਤੁਸੀਂ ਸੁਣਦੇ ਵੇਖਦੇ ਪਏ ਜੀ ਇਸ ਵੇਲੇ। ਮੁਹੰਮਦ ਅਮਨਾਨ ਕਹਿੰਦੇ ਨੇ ਬੰਦਾ ਨੇ ਚੀਜ਼ ਨੂੰ ਤੁਹਾਨੂੰ ਕੀ ਕਹਿੰਦੇ ਨੇ, ਇਹ ਤੁਸੀਂ ਮੈਨੂੰ ਦੱਸਣਾ, ਇਹ ਤੇ ਗੱਲ ਮੈਂ ਤੁਹਾਡੇ ਕੋਲ ਪੁੱਛੀ ਹੈ, ਹੋਰ ਤੇ ਕੁਝ ਮੈਂ ਐਡੀ ਔਖੀ ਜਾਂ ਮੁਸ਼ਕਿਲ ਕੋਈ ਗੱਲ ਤੁਹਾਡੇ ਕੋਲ ਪੁੱਛੀ ਨਹੀਂ ਹੈਗੀ। ਅਤੇ ਫਿਲਹਾਲ ਇੱਕ ਹੋਰ ਗੀਤ ਨਾ ਤੁਹਾਨੂੰ ਸੁਣਾਈਏ, ਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਆਵਾਂਗੇ ਫਿਰ ਹੋਰ ਗੱਲਾਂ ਬਾਤਾਂ ਪਾਵਾਂਗੇ। ਔਰ ਮੈਂ ਕਹਿਣਾ ਜੀ ਲਾਲਾ ਤਾਉ ਲਾਈ ਸਾਹਿਲ ਵੀ ਖਾਨ ਸਾਹਿਬ ਦੀ ਆਵਾਜ਼ ਸ਼ਾਮਿਲ ਪ੍ਰੋਗਰਾਮ ਕੀਤੀ ਹੈ, ਥੇਵਾ ਮੁੰਦਰੀ ਦਾ ਥੇਵਾ ਤੇ ਇੱਕ ਖੁਸਰਾ ਹੋ ਗਿਆ ਬੇਵਾ। ਨਹੀਂ ਜਨਾਬ ਇਹ ਤੇ ਮੈਂ ਸ਼ੁਗਰ ਲਾ ਰਿਹਾ, ਲੇਕਿਨ ਬਹੁਤ ਇਹਨਾਂ ਦਾ ਕਹਿ ਲਓ ਕਿ ਮਸ਼ਹੂਰੇ ਜ਼ਮਾਨਾ ਇਹ ਗੀਤ ਜਿਹੜਾ ਕਿ ਮੈਂ ਤੁਹਾਡੀ ਨਜ਼ਰ ਕਰਨ ਜਾ ਰਿਹਾ। ਤੇ ਸਾਨੂੰ ਲਾਈਵ ਕਾਲ ਕਰਨਾ 0537601961 ਤੇ ਕਰ ਸਕਦੇ ਹੋ। ਔਰ ਫਿਲਹਾਲ ਗਾਣਾ ਇੰਜੋਏ ਕਰੋ, ਸੁਣਦੇ ਰਹਿਣਾ ਹਮਾਰਾ ਘਰ ਗਿਆ ਫਿਲਮ 97। ਬੰਦਾ ਪੁੱਛੇ ਸਾਰੀ ਉਮਰ ਕਰਾਂ ਮੈਂ ਤੇਰੀ ਸੇਵਾ, ਖਾਬਾਂ ਵਿੱਚ ਆਉਣ ਵਾਲੀ, ਸਿਰਫ ਖਾਬਾਂ ਵਿੱਚ ਆਉਣ ਵਾਲੀ
ਸਿਰਫ ਉਹ ਖਾਬਾਂ ਵਿੱਚ ਚਲੇ ਆਉਂਦੀ ਹੈ ਤੇ ਫਿਰ ਉਹਦੀ ਸਾਰੀ ਉਮਰ ਸੇਵਾ ਕਰਨ ਨੂੰ ਤਿਆਰ ਨੇ ਤੇ ਜੇ ਉਹ ਜ਼ਿੰਦਗੀ 'ਚ ਆ ਗਈ ਤੇ ਫਿਰ ਕੀ ਹਾਲ ਹੋਊਗਾ ਹੋਰ ਜੀ ਵੈਲਕਮ ਕਹਿੰਦੇ ਹਾਸ ਕਰ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਹੱਲੇ ਹੱਲੇ ਜੁਆਇਨ ਕੀਤਾ ਸੁਣਨਾ ਜਾਂ ਵੇਖਣਾ ਸ਼ੁਰੂ ਕੀਤਾ ਬਹੁਤ ਸ਼ੁਕਰੀਆ ਤੇ ਬੜੀ ਮਿਹਰਬਾਨੀ